बहुत ही सोहनिया यह लड़कियां कट्ठिया हो के गिद्धा पाउंदियां ने पुराने कल्चर नू जागदा करदियां ने चंगा लगदा सारा साडे पंजाबी सभ्याचार नू दुबारा तो फिर दोहरांदियां पहली बारी बापू मेरा सी मिलन मैनू सी आया नी सिर रियोड़ियां ते पता से सिर रियोड़ियां सिर पता से सौदा होया ले आया नी जांदे होए ने सस मेरी नू सौदा नोट फड़ाया नी सस मेरी ने पुछदी तेरा बापू कदे ना आया नी सस मेरी ने पुछदी तेरा बापू कदे ना आया नी सस मेरी ने पुछदी तेरा बापू कदे ना आया नी सस मेरी ने पुछदी तेरा बापू कदे ना आया नी सस मेरी ने पुछदी तेरा बापू कदे ना आया नी सस मेरी ने पुछदी तेरा बापू कदे ना आया नी सस मेरी ने ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਸਾਡੀਆਂ 25ਵੀਆਂ ਤੀਆਂ ਨੇ ਤੇ ਮੋਸਟ ਟ੍ਰੈਡੀਸ਼ਨਲ ਵੇ ਨਾਲ ਤੁਸੀਂ ਦੇਖ ਹੀ ਰਹੇ ਹੋ ਦਰਖਤਾਂ ਦੇ ਥੱਲੇ ਜਿਵੇਂ ਇੰਡੀਆ ਦੇ ਵਿੱਚ ਪਿੱਪਲਾਂ ਬੋੜਾਂ ਦੇ ਥੱਲੇ ਤੀਆਂ ਲੱਗਦੀਆਂ ਸੀ ਉਸੇ ਤਰ੍ਹਾਂ ਹੀ ਲੱਗਦੀਆਂ ਨੇ ਤੇ ਸ਼ੁਰੂ ਇਹ ਕੀਤੀਆਂ ਸੀ ਆਪਣੇ ਸਾਡੇ ਗੁੱਡੀ ਭੈਣ ਜੀ ਨੇ ਤੇ ਹੁਣ ਇਸ ਤੋਂ ਬਾਅਦ ਅਸੀਂ ਕੰਟੀਨਿਊਟੀ ਰੱਖਣਾ ਚਾਹੁੰਦੇ ਹਾਂ ਵੀ ਉਸੇ ਤਰ੍ਹਾਂ ਹੀ ਇਹ ਤੀਆਂ ਲੱਗਦੀਆਂ ਰਹਿਣ ਤੇ ਭੈਣਾਂ ਨੂੰ ਬਹੁਤ ਹੀ ਐਕਸਾਈਟਮੈਂਟ ਹੁੰਦੀ ਆ ਦੂਸਰਾ ਤਿਆਰ ਹੋ ਕੇ ਆਉਂਦੀਆਂ ਨੇ ਟਿੱਕੇ ਮਤਲਬ ਪਾ ਕੇ ਫੁਲਕਾਰੀਆਂ ਪਾ ਕੇ ਇਹਦੇ ਘੱਗਰੇ ਪਾ ਕੇ ਹੈ ਨਾ ਅਤੇ ਬਹੁਤ ਹੀ ਸੋਹਣੀਆਂ ਲੱਗਦੀਆਂ ਨੇ ਅਤੇ ਚਲੋ ਜੀ ਇੱਦਾਂ ਹੀ ਬਸ ਯਾਦ ਸਾਨੂੰ ਆਉਂਦੀ ਆ ਕਿਉਂਕਿ ਅਸੀਂ ਛੋਟੇ ਹੁੰਦਿਆਂ ਤੋਂ ਮੈਂ ਕਿਹਾ ਇੰਨੀਆਂ ਕਰਦਿਆਂ ਦਾ ਤਿਆਰ ਬਣਾਇਆ ਬਹੁਤ ਸੋਹਣਾ ਲੱਗਦਾ ਜੀ ਦੇਖਿਆ ਵੀ ਤੀਆਂ ਲੱਗਣ ਲੱਗੀਆਂ ਗੁੱਡੀ ਭੈਣ ਨੇ ਸ਼ੁਰੂ ਕੀਤੀਆਂ ਪਰ ਅਸੀਂ ਉਹਦੀ ਕਮੀ ਨੂੰ ਬਹੁਤ ਮਹਿਸੂਸ ਕਰਦੇ ਹਾਂ ਤੀਆਂ ਰੌਣਕਾਂ ਵੀ ਭੈਣ ਜੀ ਨਾਲ ਹੀ ਲੱਗੀ ਮੈਂ ਤਾਂ ਇਹ ਕਹਿੰਦੀ ਮੇਰਾ ਤਾਂ ਮਨ ਉਦਾਸ ਹੋ ਗਿਆ ਚਲੋ ਫਿਰ ਵੀ ਆਪਣੇ ਕੁੜੀਆਂ ਨੇ ਤੀਆਂ ਲਾਈਆਂ ਮੇਰੇ ਜਾਂ ਹੁਣ ਬੱਚਿਆਂ ਨੂੰ ਆਇਆ ਵੀ ਉਹਨਾਂ ਨੂੰ ਕਲਚਰ ਦਾ ਪਤਾ ਲੱਗਦਾ ਰਵੇ ਲਾਵਾਂਗੇ ਤੀਆਂ ਹਰ ਸਾਲ ਹੀ ਲਾਉਣੀਆਂ ਜਿੰਨਾ ਚਿਰ ਜਿਉਂਦੇ ਆ ਅਸੀਂ ਪਰ ਅਸੀਂ 1.5 ਸਾਲ ਪਹਿਲਾਂ ਗੁੱਡੀ ਸਿੱਧੂ ਆਪਣੇ ਕੋਲੋਂ ਚਲੇ ਗਏ ਸੀ ਸੋ ਮੇਰੇ ਪਿਆਰੀ ਗੁੱਡੀ ਦੇ ਨਾਲ ਨਾਲ ਅਸੀਂ 25ਵੀਂ ਵਾਰ ਇਹ ਤੀਆਂ ਲਾ ਰਹੇ ਹਾਂ ਗੁੱਡੀ ਤੋਂ ਬਗੈਰ ਉਹ ਪਿਛਲੇ ਤੋਂ ਪਿਛਲੇ ਸਾਲ ਸਾਡੀ ਇਸ ਪਿਆਰੀ ਧਰਤੀ ਨੂੰ ਛੱਡ ਕੇ ਅਸਮਾਨਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਬਸੇਰਾ ਕਰ ਲਿਆ ਅਤੇ ਉਦੋਂ ਬਾਅਦ ਵੀ ਅਸੀਂ ਤੀਆਂ ਲਾ ਰਹੇ ਹਾਂ ਬਹੁਤ ਉਦਾਸ ਹਾਂ ਡੀਪ ਡਾਊਨ ਪਰ ਕੁੜੀਆਂ ਆਈਆਂ ਨੇ ਇਹਨਾਂ ਦੇ ਨਾਲ ਰਲ ਕੇ ਜ਼ਿੰਦਗੀ ਤਾਂ ਸਾਵੀਂ ਸਾਵੀਂ ਚੱਲਦੀ ਰਹਿੰਦੀ ਹੈ ਬਹੁਤ ਹੀ ਸੋਹਣੀਆਂ ਲੱਗਦੀਆਂ ਨੇ ਤੇ ਚਲੋ ਜੀ ਇੱਦਾਂ ਹੀ ਬਸ ਪੁਰਾਣੀ ਯਾਦ ਸਾਨੂੰ ਆਉਂਦੀ ਆ ਕਿਉਂਕਿ ਅਸੀਂ ਛੋਟੇ ਹੁੰਦਿਆਂ ਤੋਂ ਮੈਂ ਕਿਹਾ ਇੰਨੀਆਂ ਕਰਦਿਆਂ ਲੋਹੜੀ ਕਦੇ ਵਿਸਾਖੀ ਕਦੇ ਮੇਲੇ ਰਹੇ ਤੁਸੀਂ ਲਾ ਜਿੱਥੇ ਗਏ ਪੰਜਾਬੀਓ ਤੁਸੀਂ ਲਿਆ ਪੰਜਾਬ ਵਸਾ ਜਿੱਥੇ ਗਏ ਪੰਜਾਬੀਓ ਤੁਸੀਂ ਲਿਆ ਪੰਜਾਬ ਵਸਾ ਸਾਡੇ ਪੰਜਾਬੀ ਜਿੱਥੇ ਵੀ ਗਏ ਆ ਆਪਣੇ ਦਿਨ ਤਿਉਹਾਰ ਰੀਤਾਂ ਰਸਮਾਂ ਨਾਲ ਲੈ ਕੇ ਗਏ ਆ ਫ੍ਰਿਜਨਾਂ ਦੇ ਵਿੱਚ ਪਿਛਲੇ 25 ਸਾਲਾਂ ਤੋਂ ਤੀਆਂ ਜੋ ਗੁੱਡੀ ਸਿੱਧੂ ਰਾਜਪਾਲ ਬਰਾੜ ਅਤੇ ਗੁੱਡੀ ਰਾਣੋ ਰਲ ਕੇ ਕਰਵਾਉਂਦੀਆਂ ਸੀ ਪਰ 2 ਸਾਲ ਪਹਿਲਾਂ ਅਚਾਨਕ ਗੁੱਡੀ ਸਿੱਧੂ ਦੇ ਅਕਾਲ ਚਲਾਣੇ ਤੋਂ ਬਾਅਦ ਤੀਆਂ ਨਹੀਂ ਲੱਗ ਸਕੀਆਂ ਇਸ ਦੇ ਨਾਲ ਕੋਵਿਡ ਆ ਗਿਆ ਲਾਸਟ ਈਅਰ ਤਾਂ ਨਹੀਂ ਲੱਗ ਸਕੀਆਂ ਪਰ ਐਤਕੀ ਫਿਰ ਤੀਆਂ ਤਿਉਹਾਰ ਪੰਜਾਬੀ ਬੀਬੀਆਂ ਭੈਣਾਂ ਨੇ ਰਲ ਕੇ ਮਨਾਇਆ ਜਿਸ ਦੇ ਵਿੱਚ ਯਾਦ ਕੀਤਾ ਗਿਆ ਗੁੱਡੀ ਸਿੱਧੂ ਨੂੰ ਕਿ ਉਸ ਦੇ ਨਾਲ ਰਲ ਕੇ ਸਾਰੀਆਂ ਤੀਆਂ ਭੈਣਾਂ ਬਹੁਤ ਖੁਸ਼ੀ ਮਨਾਉਂਦੀਆਂ ਸੀ ਪਰ ਇਹ ਤਿਉਹਾਰ ਜਿਸ ਨੂੰ ਆਪਾਂ ਕਹਾਂਗੇ ਕਿ ਟ੍ਰੈਡੀਸ਼ਨਲ ਪਰੰਪਰਾਗਤ ਤਰੀਕੇ ਨਾਲ ਤੀਆਂ ਲੱਗੀਆਂ ਜਿਸ ਵੱਖ ਵੱਖ ਟੋਲਿਆਂ ਨੇ ਆਪਣੀਆਂ ਬੋਲੀਆਂ ਪਾਈਆਂ ਜਾਂ ਆਪੋ ਆਪਣੇ ਝੁੰਡ ਬਣਾ ਕੇ ਬੀਬੀਆਂ ਨੱਚ ਰਹੀਆਂ ਸੀ ਅਤੇ ਬਹੁਤ ਵਧੀਆ ਤਿਉਹਾਰ ਬਣਿਆ ਬਹੁਤ ਵਧੀਆ ਰੌਣਕਾਂ ਲੱਗੀਆਂ ਤਾਂ ਉਹ ਲੈ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਉਸ ਸਮੇਂ ਦੀਆਂ ਕੁਝ ਰੌਣਕਾਂ ਬਾਰੇ ਤੀਆਂ ਬਾਰੇ ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਧਿਆ ਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਦੀਨੇ ਤਾਪ ਨਿਵਾਰਨ ਹਾਰਾ ਦੁਖਾਂ ਤਾਂ ਸੁਖ ਰਾਸ ਤਾਂ ਕੋ ਵਿਗੜ ਨਾ ਕਹੁ ਲਾਗੈ ਚੰਨ ਕੀ ਪ੍ਰਭ ਅੱਗੇ ਅਰਦਾਸ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਾਈ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਈ ਗੁਰ ਤੇਗ ਬਹਾਦਰ ਸਿਮਰਿਆ ਘਰ ਨੌਂ ਦਿਆਰਾ ਧਾਈ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧੰਨ ਧਿਆਰ ਕੇ ਖ
ਖਾਲਸਾ ਸਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਕੋਲ ਪ੍ਰਾਣੀ ਜਿਹੜੇ ਕਿ ਕਰੋਨਾ ਦੀ ਭੇਟ ਚੜ ਗਏ ਵਿਚਾਰੇ ਐਵੇਂ ਮਾਰੇ ਗਏ ਉਹਨਾਂ ਦੇ ਵਾਸਤੇ ਤੇ ਤੀਸਰੀ ਅਰਦਾਸ ਅਸੀਂ ਕਰ ਰਹੇ ਹਾਂ ਜੀ ਉਹਨਾਂ ਸਿੱਖ ਨੌਜਵਾਨਾਂ ਵਾਸਤੇ ਜੋ ਸਾਡੇ ਭਾਈ ਵੀਰ ਨੇ ਸਾਡੇ ਤਾਏ ਚਾਚੇ ਨੇ ਸਾਡੇ ਮਾਮੇ ਮਾਸੜ ਨੇ ਸਾਡੇ ਵਾਸਤੇ ਉਹ ਜੂਝ ਰਹੇ ਨੇ ਆਪਣੀਆਂ ਹੱਕਾਂ ਵਾਸਤੇ ਉਹ ਜੂਝ ਰਹੇ ਨੇ ਉਹਨਾਂ ਵਾਸਤੇ ਅਰਦਾਸ ਹੈ ਕਿ ਤੁਸੀਂ ਬਾਬਾ ਜੀ ਅੰਗ ਸੰਗ ਸਹਾਈ ਹੋ ਉਹਨਾਂ ਦੇ ਨਾਲ ਉਹਨਾਂ ਦੀ ਜਿੱਤ ਹੋਵੇ ਅਤੇ ਗੁੱਡੀ ਭੈਣ ਜੀ ਹੋਰਾਂ ਵਾਸਤੇ ਸਾਰੇ ਪ੍ਰਾਣੀਆਂ ਵਾਸਤੇ ਅਰਦਾਸ ਹੈ ਕਿ ਪਰਮਾਤਮਾ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਮਗਰ ਪਰਿਵਾਰਾਂ ਨੂੰ ਕਾਮਯਾਬੀਆਂ ਚੜ੍ਹਦੀਆਂ ਕਲਾਂ ਭਾਣਾ ਮੰਨਣ ਦਾ ਬਲ ਬਖਸ਼ਣ ਪਰਮਾਤਮਾ ਜੀ ਬਾਬਾ ਜੀ ਅਸੀਂ ਅਰਦਾਸ ਕਰਦੇ ਹਾਂ ਕਿ ਅਸੀਂ ਇਸ ਵਾਰ ਫਿਰ ਤੀਆਂ ਲੈ ਕੇ ਹਾਜ਼ਰ ਹਾਂ ਇਸ ਇਹਨਾਂ ਤੀਆਂ ਦੇ ਵਿੱਚ ਅਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪ ਅੰਗ ਸੰਗ ਸਹਾਈ ਹੋ ਕੇ ਸਾਡੇ ਨਾਲ ਰਹਿਣਾ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਕਰਨਾ ਸੇਈ ਪਿਆਰੇ ਮੇਲ ਜਿਨ੍ਹਾਂ ਤੇਰਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹਾਲ ਥੈਂਕ ਯੂ ਐਵਰੀਵਨ ਕਿਸਾਨ ਏਕਤਾ ਕਿਸਾਨ ਏਕਤਾ ਕਿਸਾਨ ਏਕਤਾ ਕਿਸਾਨ ਏਕਤਾ ਏਕਤਾ ਜਿੰਦਾਬਾਦ ਡੇਢ ਸਾਲ ਪਹਿਲਾਂ ਗੁੱਡੀ ਸਿੱਧੂ ਆਪਣੇ ਕੋਲੋਂ ਚਲੇ ਗਏ ਸੀ ਸੋ ਮੇਰੇ ਨਾਲ ਅਸੀਂ 38 ਸਾਲ ਕੰਮ ਕੀਤਾ ਉਸ ਕੰਮ ਦੇ ਵਿੱਚ ਇਸ ਤੀਆਂ ਦੇ ਨਾਲ ਨਾਲ ਜਿਹੜੀ ਉਹਨੇ ਇੱਕ ਹੋਰ ਅਸੀਂ ਬਹੁਤ ਵੱਡੀ ਕੰਮ ਜ਼ਿੰਮੇਵਾਰੀ ਚੱਕੀ ਸੀ ਉਹ ਪੰਜਾਬੀ ਸਕੂਲ ਸੀ ਅਤੇ ਜਿਹੜਾ ਅੱਜ ਵੀ ਪੂਰੀ ਤਰ੍ਹਾਂ ਚੱਲ ਰਿਹਾ ਹੈ ਇੱਕ ਪੰਜਾਬੀ ਸਕੂਲ ਤੋਂ ਬਾਅਦ ਇੱਕ ਅਸੀਂ ਹੋਰ ਮੁਹਿੰਮ ਸ਼ੁਰੂ ਕੀਤੀ ਸੀ ਜਦੋਂ ਤੀਆਂ ਲੱਗਦੀਆਂ ਸੀ ਅਤੇ ਕਈ ਲੇਡੀਜ਼ ਆਪਣੇ ਬਾਰੇ ਜਾਂ ਆਪਣੀਆਂ ਫੈਮਿਲੀਜ਼ ਦੇ ਬਾਰੇ ਕੋਈ ਵੀ ਦੁੱਖ ਸੁੱਖ ਆ ਕੇ ਦੱਸਦੀਆਂ ਸੀ ਅਤੇ ਆਪਣੇ ਫਰੈਜ਼ਨੋ ਦੇ ਵਿੱਚ ਕੋਈ ਇਹੋ ਜਿਹੀ ਐਸੋਸੀਏਸ਼ਨ ਨਹੀਂ ਸੀਗੀ ਕਿ ਜਿਹਦੇ ਵਿੱਚ ਅਸੀਂ ਉਹਨਾਂ ਲੇਡੀਜ਼ ਦੀ ਜਾਂ ਅਸੀਂ ਉਹਨਾਂ ਕੁੜੀਆਂ ਦੀ ਜਿਨ੍ਹਾਂ ਨੂੰ ਜ਼ਰੂਰਤ ਸੀ ਕਈ ਵਾਰ ਕੋਈ ਇੰਡੀਆ ਤੋਂ ਜਾਂ ਇੱਥੋਂ ਆਉਂਦਾ ਸੀ ਕਿ ਉਹਨਾਂ ਦੀ ਹੈਲਪ ਕਰ ਸਕੀਏ ਅਤੇ ਉਸ ਦੇ ਨਾਲ ਅਸੀਂ ਇੱਕ ਵੁਮੈਨ ਔਰਗਨਾਈਜੇਸ਼ਨ ਰਾਜਪਾਲ ਉਹਨਾਂ ਨੇ ਤੀਆਂ ਦੇ ਨਾਲ ਸ਼ੁਰੂ ਕੀਤੀ ਸੋ ਉਹਦਾ ਹੈਗਾ ਨਾਮ ਹੈਗਾ SWCC ਅਤੇ ਉਹ ਹੁਣ ਵੀ ਚੱਲ ਰਹੀ ਆ ਗੁੱਡੀ ਦਾ ਵਿੱਚ ਉਹਦੇ ਬਹੁਤ ਵੱਡਾ ਹੱਥ ਹੈ ਉਸ ਨੂੰ ਚਲਾਉਣ ਦਾ ਮੇਰੇ ਨਾਲ ਉਹਦੇ ਨਾਲ ਰਾਜਪਾਲ ਅਤੇ ਅੱਜ ਸਾਡਾ ਨਵਾਂ ਬੋਰਡ ਹੈ ਅਤੇ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਹੋਵੇ ਅੱਜ ਕੁੜੀਆਂ ਉੱਥੇ ਬੈਠੀਆਂ ਨੇ ਅਸੀਂ ਉਹਨਾਂ ਦਾ ਉਹ ਲਾਇਆ ਹੋਇਆ ਲਿਖਿਆ ਹੋਇਆ ਅਤੇ ਨੰਬਰ ਲੈ ਸਕਦੇ ਹੋ ਤੁਸੀਂ ਆਪਾਂ ਨੂੰ ਕਈ ਵਾਰ ਕੋਈ ਜਾਣ ਪਛਾਣ ਵਾਲਾ ਕੋਈ ਇੰਡੀਆ ਤੋਂ ਆਈ ਹੋਈ ਬੇਟੀ ਜਾਂ ਕੋਈ ਇੰਡੀਆ ਇੱਥੇ ਵੀ ਕਈ ਵਾਰ ਆਪਾਂ ਇਹੋ ਜਿਹੇ ਫਿਕਸ ਦੇ ਵਿੱਚ ਫਸੇ ਹੁੰਦੇ ਹਾਂ ਕਿ ਆਪਾਂ ਨੂੰ ਕੋਈ ਚਾਰਾ ਨਹੀਂ ਲੱਭਦਾ ਕਿ ਸਾਡੀ ਕੋਈ ਹੈਲਪ ਕਰ ਸਕੇ ਸੋ ਆਪਣੀ ਇੱਥੇ ਕਮਿਊਨਿਟੀ ਵੱਧ ਰਹੀ ਹੈ ਸੋ ਮੈਂ ਬਹੁਤਾ ਨਾ ਕੁਛ ਕਹਿੰਦੇ ਹੋਏ ਉਸ ਬੂਥ ਨੂੰ ਜ਼ਰੂਰ ਵਿਜ਼ਿਟ ਕਰਿਓ ਉੱਥੋਂ ਇਨਫੋਰਮੇਸ਼ਨ ਜ਼ਰੂਰ ਲਇਓ ਕਿਉਂਕਿ ਉਹ ਵੀ ਇੱਕ ਗੁੱਡੀ ਦੀ ਜਿਹੜੀ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਅਚੀਵਮੈਂਟਸ ਕੀਤੀਆਂ ਸੀ ਉਹਦੇ ਵਿੱਚ ਵੀ ਉਹ ਇੱਕ ਬਹੁਤ ਵੱਡੀ ਸਫਲਤਾ ਜਿਹੜੀ ਅੱਗੇ ਚੱਲ ਰਹੀ ਹੈ ਇਹਨਾਂ ਸ਼ਬਦਾਂ ਨਾਲ ਕਹਿੰਦੀ ਹੋਈ ਤੁਹਾਡੇ ਸਾਰੇ ਅੱਜ ਜਿਹੜੇ ਤੁਸੀਂ ਆਏ ਹੋ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਜਿਨ੍ਹਾਂ ਨੇ ਮਾਇਕ ਸਹਾਇਤਾ ਕੀਤੀ ਅਸੀਂ ਉਹਨਾਂ ਦੇ ਬਹੁਤ ਦਿਲੋਂ ਧੰਨਵਾਦੀ ਹਾਂ ਇਹੀ ਕਹਿੰਦਾ ਹੋਏ ਹੁਣ ਤੁਸੀਂ ਗਿੱਧਾ ਭੰਗੜਾ ਨੱਚੋ ਹਾਂਜੀ 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 ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਇਹ ਸਾਡੀਆਂ 25ਵੀਆਂ ਤੀਆਂ ਨੇ ਅਤੇ ਮੋਸਟ ਟ੍ਰੈਡੀਸ਼ਨਲ ਵੇ ਨਾਲ ਤੁਸੀਂ ਦੇਖ ਹੀ ਰਹੇ ਹੋ ਦਰੱਖਤਾਂ ਦੇ ਥੱਲੇ ਜਿਵੇਂ ਇੰਡੀਆ ਦੇ ਵਿੱਚ ਪਿੱਪਲਾਂ ਬੋੜਾਂ ਦੇ ਥੱਲੇ ਤੀਆਂ ਲੱਗਦੀਆਂ ਸੀ ਉਸੇ ਤਰ੍ਹਾਂ ਹੀ ਲੱਗਦੀਆਂ ਨੇ ਅਤੇ ਸ਼ੁਰੂ ਇਹ ਕੀਤੀਆਂ ਸੀ ਆਪਣੀ ਸਾਡੀ ਗੁੱਡੀ ਭੈਣ ਜੀ ਨੇ ਅਤੇ ਹੁਣ ਇਸ ਤੋਂ ਬਾਅਦ ਅਸੀਂ ਕੰਟੀਨਿਊਟੀ ਰੱਖਣਾ ਚਾਹੁੰਦੇ ਹਾਂ ਵੀ ਉਸੇ ਤਰ੍ਹਾਂ ਹੀ ਇਹ ਤੀਆਂ ਲੱਗਦੀਆਂ ਰਹਿਣ ਅਤੇ ਬਾਕੀ ਪਲੱਸ ਆਪਣੇ 25ਵੀਆਂ ਤੀਆਂ ਪੱਚੀ ਸਾਲ ਅਤੇ ਭੈਣਾਂ ਨੂੰ ਬਹੁਤ ਹੀ ਐਕਸਾਈਟਮੈਂਟ ਹੁੰਦੀ ਹੈ ਅਤੇ ਦੂਸਰਾ ਤਿਆਰ ਹੋ ਕੇ ਆਉਂਦੀਆਂ ਨੇ ਟਿੱਕੇ ਮਤਲਬ ਪਾ ਕੇ ਫੁਲਕਾਰੀਆਂ ਪਾ ਕੇ ਇਹਦੇ ਘੱਗਰੇ ਪਾ ਕੇ ਹੈ ਨਾ ਅਤੇ ਬਹੁਤ ਹੀ ਸੋਹਣੀਆਂ ਲੱਗਦੀਆਂ ਨੇ ਅਤੇ ਚਲੋ ਜੀ ਇੱਦਾਂ ਹੀ ਬਾਹਰ ਪੁਰਾਣੀ ਯਾਦ ਸਾਨੂੰ ਆਉਂਦੀ ਆ ਕਿਉਂਕਿ ਅਸੀਂ ਛੋਟੇ ਹੁੰਦਿਆਂ ਤੋਂ ਮੈਂ ਕਿਹਾ ਇੰਨੀਆਂ ਕਰਦਿਆਂ ਦਾ ਤਿਉਹਾਰ ਮਨਾਇਆ ਬਹੁਤ ਸੋਹਣਾ ਲੱਗਦਾ ਜੀ ਹੁਣ ਅਸੀਂ ਬੋਲੀਆਂ ਪਾਉਣ ਲੱਗੇ ਹਾਂ ਜੀ ਹਾਂਜੀ ਵੀਰ ਮੇਰੇ ਨੇ ਕੁੜਤੀ ਦਿੱਤੀ
ਪਿਆਰੀ ਨੀ ਜਗਜੀ ਪਾਬੋ ਲਗੇ ਜਾਣ ਤੋਂ ਪਿਆਰੀ ਨੀ ਜਗਜੀ ਪਾਬੋ ਲਗੇ ਜਾਣ ਤੋਂ ਪਿਆਰੀ ਨੀ ਜਗਜੀ ਪਾਬੋ ਲਗੇ ਜਾਣ ਤੋਂ ਪਿਆਰੀ ਸੌਣ ਦਾ ਮਹੀਨਾ ਬਾਗਾਂ ਵਿੱਚ ਮੋਲਣ ਬੋਰ ਵੇ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਮੈਂ ਨੀ ਸਹੁਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਜਦ ਲੱਗਦੀ ਕਹਿੰਦਾ ਦੁਨੀਆ ਤਾਂ ਲੱਗਦੀ ਹਸੀਨ ਜਦ ਲੱਗਦੀ
जी मेरा नाम राजपाल ते मैं करनी पार्क तियां दे विच्चों बोल रही हाँ। 2021 दियां तियां बहुत कुछ लूज कर लिया असली असी पिछले दो सालां दे विच करोने ने किन्नियां ही गुड्डियां इस धरती तो चक लिया साड़ी प्यारी गुड्डी दे नाल नाल असी 25वीं बार ये तियां ला रहे हाँ। गुड्डी तो बगैर वो पिछले तो पिछले साल साड़ी इस प्यारी धरती नूं छड के असमाना दे विच जाके उन्होंने अपना बसेरा कर लिया ते उदू बाद भी असी तियां ला रहे हाँ। बहुत उदास हाँ डीप डाउन पर कुड़ियां आईया ने इन्हां दे नाल रल के जिंदगी तो सामी सामी चलती रहती है। गुड्डी भैन जी तो बगैर भी तियां लग रही ने पर गुड्डी भैन जी तुसी सानू बहुत याद आ रहे हो। असी चाहते हाँ कि तुसी सारे एवें दे प्रोग्रामां दे विच बच्चों समेत पहुँचा करो। वो की होंगे कि बच्चे भावें कि तुहानू बाला उन्हां नू नहीं पता लगता
ਘੱਟੋ ਘੱਟ ਉਹਨਾਂ ਨੂੰ ਮਾੜਾ ਮੋਟਾ ਇਹ ਲੱਗ ਜਾਂਦਾ ਕਿ ਧੀਆਂ ਕੋਈ ਚੀਜ਼ ਹੁੰਦੀ ਹੈ ਜਿਹੜੇ ਸਾਡੀ ਮਾਂ ਸਾਡੀ ਜਾਂਦੀ ਹੁੰਦੀ ਸੀ ਸਾਨੂੰ ਲੈ ਕੇ ਜਾਂ ਮਾੜਾ ਮੋਟਾ ਪੰਜਾਬੀ ਦਾ ਜੇ ਸਮਝ ਲਓ ਦੋ ਬੱਚੇ ਵੀ ਇੱਕ ਲਫ਼ਜ਼ ਸਿੱਖ ਜਾਂਦੇ ਹੈ ਕੋਈ ਮਾੜਾ ਮੋਟਾ ਰੀਤੀ ਰਿਵਾਜ਼ ਸਮਝ ਲੈਂਦੇ ਹੈ ਕੋਈ ਘੱਗਰਾ ਟਰਾਈ ਕਰਨ ਦੀ ਕੋਸ਼ਿਸ਼ ਕਰਦੇ ਹੈ ਕੋਈ ਮਹਿੰਦੀ ਟਰਾਈ ਕਰਨ ਦੀ ਬੱਚਾ ਕੋਸ਼ਿਸ਼ ਕਰਦਾ ਹੈ ਅਤੇ ਸਮਝ ਲਓ ਜਿਹੜੀਆਂ ਅਸੀਂ ਆਹ ਐਫਰਟਸ ਕਰ ਰਹੇ ਹਾਂ ਅਤੇ ਸਾਡੀਆਂ ਇਹ ਐਫਰਟਸ ਸੰਪੂਰਨਤਾ ਵੱਲ ਜਾ ਰਹੀਆਂ ਨੇ ਥੈਂਕ ਯੂ ਵੈਰੀ ਮੱਚ ਪਤਾ ਕਿ ਡੇਢ ਸਾਲ ਪਹਿਲਾਂ ਗੁੱਡੀ ਸਿੱਧੂ ਆਪਣੇ ਕੋਲੋਂ ਚਲੇ ਗਏ ਸੀ ਸੋ ਮੇਰੇ ਨਾਲ ਅਸੀਂ 38 ਸਾਲ ਕੰਮ ਕੀਤਾ ਉਸ ਕੰਮ ਦੇ ਵਿੱਚ ਇਸ ਤੀਆਂ ਦੇ ਨਾਲ ਨਾਲ ਜਿਹੜੀ ਉਹਨੇ ਇੱਕ ਹੋਰ ਅਸੀਂ ਬਹੁਤ ਵੱਡੀ ਕੰਮ ਜ਼ਿੰਮੇਵਾਰੀ ਚੱਕੀ ਸੀ ਉਹ ਪੰਜਾਬੀ ਸਕੂਲ ਸੀ ਅਤੇ ਜਿਹੜਾ ਅੱਜ ਵੀ ਪੂਰੀ ਤਰ੍ਹਾਂ ਚੱਲ ਰਿਹਾ ਹੈ ਇੱਕ ਪੰਜਾਬੀ ਸਕੂਲ ਤੋਂ ਬਾਅਦ ਇੱਕ ਅਸੀਂ ਹੋਰ ਮੁਹਿੰਮ ਸ਼ੁਰੂ ਕੀਤੀ ਸੀ ਜਦੋਂ ਤੀਆਂ ਲੱਗਦੀਆਂ ਸੀ ਅਤੇ ਕਈ ਲੇਡੀਜ਼ ਆਪਣੇ ਬਾਰੇ ਜਾਂ ਆਪਣੀਆਂ ਫੈਮਿਲੀਜ਼ ਦੇ ਬਾਰੇ ਕੋਈ ਵੀ ਦੁੱਖ ਸੁੱਖ ਆ ਕੇ ਦੱਸਦੀਆਂ ਸੀ ਅਤੇ ਆਪਣੇ ਫਰੈਜ਼ਨੋ ਦੇ ਵਿੱਚ ਕੋਈ ਇਹੋ ਜਿਹੀ ਐਸੋਸੀਏਸ਼ਨ ਨਹੀਂ ਸੀਗੀ ਕਿ ਜਿਹਦੇ ਵਿੱਚ ਅਸੀਂ ਉਹਨਾਂ ਲੇਡੀਜ਼ ਦੀ ਜਾਂ ਅਸੀਂ ਉਹਨਾਂ ਕੁੜੀਆਂ ਦੀ ਜਿਨ੍ਹਾਂ ਨੂੰ ਜ਼ਰੂਰਤ ਸੀ ਕਈ ਵਾਰ ਕੋਈ ਇੰਡੀਆ ਤੋਂ ਜਾਂ ਇੱਥੋਂ ਆਉਂਦਾ ਸੀ ਕਿ ਉਹਨਾਂ ਦੀ ਹੈਲਪ ਕਰ ਸਕੀਏ ਅਤੇ ਉਸ ਦੇ ਨਾਲ ਅਸੀਂ ਇੱਕ ਵੂਮੈਨ ਔਰਗਨਾਈਜੇਸ਼ਨ ਰਾਜਪਾਲ ਉਹਨਾਂ ਨੇ ਤੀਆਂ ਦੇ ਨਾਲ ਸ਼ੁਰੂ ਕੀਤੀ ਸੋ ਉਹਦਾ ਹੈਗਾ ਨਾਮ ਹੈਗਾ SWCC ਅਤੇ ਉਹ ਹੁਣ ਵੀ ਚੱਲ ਰਹੀ ਹੈ ਗੁੱਡੀ ਦਾ ਵਿੱਚ ਉਹਦੇ ਬਹੁਤ ਵੱਡਾ ਹੱਥ ਹੈ ਉਸ ਨੂੰ ਚਲਾਉਣ ਦਾ ਮੇਰੇ ਨਾਲ ਉਹਦੇ ਨਾਲ ਰਾਜਪਾਲ ਅਤੇ ਅੱਜ ਸਾਡਾ ਨਵਾਂ ਬੋਰਡ ਹੈ ਅਤੇ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਹੋਵੇ ਅੱਜ ਕੁੜੀਆਂ ਉੱਥੇ ਬੈਠੀਆਂ ਨੇ ਅਸੀਂ ਉਹਨਾਂ ਦਾ ਉਹ ਲਾਇਆ ਹੋਏਗਾ ਲਿਖਿਆ ਹੋਇਆ ਅਤੇ ਨੰਬਰ ਲੈ ਸਕਦੇ ਹੋ ਤੁਸੀਂ ਆਪਾਂ ਨੂੰ ਕਈ ਵਾਰ ਕੋਈ ਜਾਣ ਪਹਿਚਾਣ ਵਾਲਾ ਕੋਈ ਇੰਡੀਆ ਤੋਂ ਆਈ ਹੋਈ ਬੇਟੀ ਜਾਂ ਕੋਈ ਇੰਡੀਆ ਇੱਥੇ ਵੀ ਕਈ ਵਾਰ ਆਪਾਂ ਇਹੋ ਜਿਹੇ ਫਿਕਸ ਦੇ ਵਿੱਚ ਫਸੇ ਹੁੰਦੇ ਹਾਂ ਕਿ ਆਪਾਂ ਨੂੰ ਕੋਈ ਚਾਰਾ ਨਹੀਂ ਲੱਭਦਾ ਕਿ ਸਾਡੀ ਕੋਈ ਹੈਲਪ ਕਰ ਸਕੇ ਸੋ ਆਪਣੀ ਇੱਥੇ ਕਮਿਊਨਿਟੀ ਵੱਧ ਰਹੀ ਹੈ ਸੋ ਮੈਂ ਬਹੁਤਾ ਨਾ ਕੁਛ ਕਹਿੰਦੇ ਹੋਏ ਉਸ ਬੂਥ ਨੂੰ ਜ਼ਰੂਰ ਵਿਜ਼ਿਟ ਕਰਿਓ ਉੱਥੋਂ ਇਨਫੋਰਮੇਸ਼ਨ ਜ਼ਰੂਰ ਲਇਓ ਕਿਉਂਕਿ ਉਹ ਵੀ ਇੱਕ ਗੁੱਡੀ ਦੀ ਜਿਹੜੀ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਅਚੀਵਮੈਂਟਸ ਕੀਤੀਆਂ ਸੀ ਉਹਦੇ ਵਿੱਚ ਵੀ ਉਹ ਇੱਕ ਬਹੁਤ ਵੱਡੀ ਸਫਲਤਾ ਜਿਹੜੀ ਅੱਗੇ ਚੱਲ ਰਹੀ ਹੈ ਇਹਨਾਂ ਸ਼ਬਦਾਂ ਨਾਲ ਕਹਿੰਦੀ ਹੋਈ ਤੁਹਾਡੇ ਸਾਰੇ ਅੱਜ ਜਿਹੜੇ ਤੁਸੀਂ ਆਏ ਹੋ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਜਿਨ੍ਹਾਂ ਨੇ ਮਾਇਕ ਸਹਾਇਤਾ ਕੀਤੀ ਅਸੀਂ ਉਹਨਾਂ ਦੇ ਬਹੁਤ ਦਿਲੋਂ ਧੰਨਵਾਦੀ ਹਾਂ ਇਹੀ ਕਹਿੰਦਾ ਹੋਏ ਹੁਣ ਤੁਸੀਂ ਗਿੱਧਾ ਭੰਗੜਾ ਨੱਚੋ ਉਗੜੋ ਹਾਂਜੀ ਇੱਕ ਲਾਸਟ ਅਨਾਊਂਸਮੈਂਟ ਹੈ ਕਿ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਸਾਨੂੰ ਦੋਨੋਂ ਦਿਨ ਕੋਈ ਖਾਣ ਪੀਣ ਵਾਲਾ ਸਟਾਲ ਇੱਥੇ ਲੱਗ ਜਾਵੇ ਛਤਰੀ ਤੀਆਂ ਆ ਗਈਆਂ ਤੀਆਂ ਦੇ ਦਿਨ ਨੇੜੇ ਪਿੱਪੜਾ ਬੇ ਬਣ ਛਤਰੀ ਸਾਉਣ ਮਹੀਨੇ ਵੀ ਪਿਆ ਪੈਂਦਾ ਸਾਉਣ ਮਹੀਨੇ ਵੀ ਪਿਆ ਪੈਂਦਾ ਗੋਡੇ ਗੋਡੇ ਕਾ ਬੇਟੀ ਦਾ ਨੀ ਜਾਣਦਾ ਤੀਆਂ ਵੇਖਣਾ ਬੇਟੀ ਦਾ ਨੀ ਜਾਣਦਾ ਤੀਆਂ ਵੇਖਣਾ ਬੇਟੀ ਦਾ ਨੀ ਜਾਣ ਸਾਉਣ ਮਹੀਨੇ ਵੀ ਪਿਆ ਪੈਂਦਾ ਸਾਉਣ ਮਹੀਨੇ ਵੀ ਪਿਆ ਗੋਡੇ ਗੋਡੇ ਕਾ ਨੀ ਮੈਂ ਦਿਨੀਆਂ ਸੇਵੀਆਂ ਕਮਲੇ ਨੂੰ ਚੜ ਗਿਆ ਚਾ ਨੀ ਮੈਂ ਦਿਨੀਆਂ ਸੇ ਬਹੁਤ ਵਧੀਆ ਲੱਗਦਾ ਸਾਨੂੰ ਇੱਥੇ ਆ ਕੇ ਹਰ ਸਾਲ ਤੀਆਂ ਸੈਲੀਬ੍ਰੇਟ ਕਰਦੇ ਹਾਂ ਮੈਨੂੰ ਹਾਲੇ 5 ਸਾਲ ਹੋਏ ਇੰਡੀਆ ਤੋਂ ਆਏ ਨੂੰ ਬਟ ਪਹਿਲੇ ਬਹੁਤ ਮਿਸ ਕਰਦੀ ਸੀ ਇਹ ਸਭ ਕੁਛ ਬਟ ਜਦੋਂ ਦਾ ਇੱਥੇ ਸ਼ੁਰੂ ਹੋਇਆ ਤਾਂ ਅਸੀਂ ਬਹੁਤ ਇੰਜੋਏ ਕਰਦੇ ਹਾਂ ਇੱਥੇ ਹਰ ਸਾਲ ਸਤਿ ਸ਼੍ਰੀ ਅਕਾਲ ਜੀ ਮੈਨੂੰ 22 ਸਾਲ ਹੋ ਗਏ ਅਮੈਰੀਕਾ 'ਚ ਆਏ ਨੂੰ ਇਹ ਤੀਆਂ ਦੇ ਬਹਾਨੇ ਨਾਲ ਅਸੀਂ ਆਪਣੀ ਪੰਜਾਬ ਦੀ ਮਿੱਟੀ ਦੇ ਨਾਲ ਟੱਚ ਰਹਿੰਦੇ ਹਾਂ ਆਪਣੇ ਬਾਬਲ ਦੇ ਵਿਹੜੇ ਨੂੰ ਯਾਦ ਕਰਦੇ ਹਾਂ ਆਪਣੇ ਵੀਰਿਆਂ ਨੂੰ ਯਾਦ ਕਰਦੇ ਆਪਣੇ ਪਿੰਡ ਦੀਆਂ ਸੱਥਾਂ ਨੂੰ ਯਾਦ ਕਰਦੇ ਹਾਂ ਜੋ ਸਾਡੇ ਮਨ ਦੇ ਬਲਬਲੇ ਹੁੰਦੇ ਆ ਇੱਥੇ ਆ ਕੇ ਅਸੀਂ ਸਾਰੇ ਬਾਹਰ ਕੱਢਦੇ ਹਾਂ ਅਤੇ ਰਲ ਕੇ ਖੁਸ਼ੀ ਮਨਾਉਂਦੇ ਇਸ ਬਹਾਨੇ ਅਸੀਂ ਆਪਣੇ ਦੇਸ਼ ਦੀ ਮਿੱਟੀ ਨੂੰ ਮਹਿਸੂਸ ਕਰਦੇ ਹਾਂ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਤੀਆਂ ਦੇ ਤਿਉਹਾਰ ਵਾਸਤੇ ਬੋਲਣਾ ਚਾਹੁੰਦੇ ਸੀਗੇ ਅਤੇ ਜਦੋਂ ਤੀਆਂ ਦਾ ਤਿਉਹਾਰ ਛੱਡ ਕੇ ਬਚਪਨ ਦੇ ਵਿੱਚ ਅਸੀਂ USA ਆਏ ਸੀ ਪਰ ਇਸ ਚੀਜ਼ ਨੂੰ ਅਸੀਂ ਬਹੁਤ ਮਿਸ ਕੀਤਾ ਪਰ ਜਦੋਂ ਇੱਥੇ ਅਸੀਂ ਦੇਖਿਆ ਵੀ ਤੀਆਂ ਲੱਗਣ ਲੱਗੀਆਂ ਗੁੱਡੀ ਭੈਣ ਨੇ ਸ਼ੁਰੂ ਕੀਤੀਆਂ ਪਰ ਅਸੀਂ ਉਹਦੀ ਕਮੀ ਨੂੰ ਬਹੁਤ ਮਹਿਸੂਸ ਕਰਦੇ ਹਾਂ ਹਜੇ ਬਹੁਤ ਜ਼ਿਆਦਾ 2 ਸਾਲ ਹੋ ਗਏ ਪਿਛਲੇ ਵਾਰੀ ਕਰੋਨਾ ਦੀ ਮਾਰ ਕਰਕੇ ਨਹੀਂ ਲੱਗੀਆਂ ਪਰ ਐਤਕੀ ਜਿਵੇਂ ਲੱਗੀਆਂ ਪਰ ਅਸੀਂ ਉਹਨੂੰ ਨਾਲ ਨਾਲ ਹੀ ਫੀਲ ਕਰਦੇ ਹਾਂ ਸਾਡੇ ਨਾਲ ਹੀ ਹੈ ਹਮੇਸ਼ਾ
ਤੇ ਦੂਜੇ ਕਿਸਾਨਾਂ ਵੀਰਾਂ ਵਾਸਤੇ ਕਹਿਣਾ ਮੰਗਦੇ ਹਾਂਗੇ ਵੀ ਜਿਹੜੇ ਉੱਤੇ ਬੈਠੇ ਨੇ ਉਹਨਾਂ ਦੇ ਹੱਕ ਵਿੱਚ ਸਾਰਾ ਫੈਸਲਾ ਹੋ ਜਾਵੇ, ਪਰਮਾਤਮਾ ਕਰੇ ਚੜ੍ਹਦੀ ਕਲਾ ਵਿੱਚ ਰਹਿਣ। ਅਤੇ ਬਾਕੀ ਜਿਹੜੇ ਕਿ ਇਹ ਤੀਆਂ ਦਾ ਤਿਉਹਾਰ ਆ ਬਹੁਤ ਚਿਰ ਤੋਂ ਹੀ ਚੱਲਿਆ ਆ ਰਿਹਾ, ਕੁੜੀਆਂ ਆਪਣੇ ਘਰਾਂ ਦੇ ਪੇਕਿਆਂ ਦੇ ਵਿੱਚ ਆਉਂਦੀਆਂ, ਧੀਆਂ ਧਿਆਣੀਆਂ ਦਾ ਤਿਉਹਾਰ ਹੈ। ਕੁੜੀਆਂ ਕਹਿੰਦੀਆਂ ਸੀਗੀਆਂ, ਇਹ ਬੋਲੀ ਵੀ ਮੈਂ ਸੁਣਦੀ ਹੁੰਦੀ ਬਚਪਨ ਵਿੱਚ, ਸਾਰੇ ਪਿੰਡ ਨੇ ਗੁਲਗਲੇ ਖਾਧੇ ਕੁੜੀਆਂ ਦਾ ਪੱਜ ਲਾ ਕੇ। ਅਤੇ ਇਹ ਵੀ ਬਹੁਤ ਵਧੀਆ ਗੱਲ ਸੀ, ਸਾਰੇ ਵੀਰ ਭਰਾ ਖੁਸ਼ ਹੁੰਦੇ ਸੀ, ਭੈਣਾਂ ਨੂੰ ਘਰੇ ਲੈ ਕੇ ਆਉਂਦੇ ਸੀ। ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਰੱਖੇ ਅਤੇ ਚੜ੍ਹਦੀ ਕਲਾ ਵਿੱਚ ਇੱਦਾਂ ਹੀ ਸਾਰੇ ਆਪਾਂ ਰਹੀਏ। ਸਤਿ ਸ਼੍ਰੀ ਅਕਾਲ। ਕਲਚਰ ਦਾ ਪਤਾ ਲੱਗਦਾ ਰਹੇ, ਲਾਵਾਂਗੇ ਤੀਆਂ ਹਰ ਸਾਲ ਹੀ ਲਾਉਣੀਆਂ ਜਿੰਨਾ ਚਿਰ ਜਿਉਂਦੇ ਹਾਂ ਅਸੀਂ। ਅਤੇ ਪਰ ਅਸੀਂ 25 ਸਾਲ ਤੱਕ ਜਿੱਦਾਂ ਸਾਡਾ ਇੱਕਜੁੱਟ ਰਿਹਾ ਸੀ, ਇਕੱਠਿਆਂ ਨੇ ਸ਼ੁਰੂ ਕੀਤੀਆਂ ਸੀ। ਪਹਿਲੇ ਸਾਲ ਅਸੀਂ ਕਿੰਗਜ਼ ਕੈਨੀਅਨ ਅਤੇ ਕਲੱਬਸ ਅਤੇ ਹਾਲ ਰੈਂਟ ਕਰਕੇ ਲਾਈਆਂ ਸੀ, ਅਤੇ ਗਾਂਹ 'ਤੇ ਗਾਂਹ ਰੌਣਕਾਂ ਵੱਧਦੀਆਂ ਗਈਆਂ। ਪਰ ਇਸ ਸਾਲ ਦੇ ਵਿੱਚ ਕਈ ਹੈਪਨ ਹੋ ਗਏ, ਅਤੇ ਜਿਸ ਕਰਕੇ ਅਸੀਂ ਥੋੜ੍ਹਾ ਜਿਹਾ ਵੀ ਅਪਸੈਟ ਵੀ ਹਾਂ। ਪਰ ਸਟਿਲ ਅਸੀਂ ਭੈਣ ਜੀ ਲਈ ਪ੍ਰੇਅਰ ਕਰਦੇ ਹਾਂ, ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ, ਜਿਵੇਂ ਉਹ ਰੌਣਕਾਂ ਛੱਡ ਕੇ ਗਏ ਇੱਥੇ ਰੌਣਕਾਂ ਬਣੀਆਂ ਰਹਿਣ। ਹਾਂਜੀ, ਮੇਰਾ ਨਾਮ ਬਲਦੇਵ ਕੌਰ ਆ। ਅਤੇ ਬੜਾ ਚੰਗਾ ਲੱਗਦਾ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਆਪਣੇ ਸੱਭਿਆਚਾਰ ਨੂੰ ਕਾਇਮ ਰੱਖਦੇ ਹਾਂ, ਉਹਨੂੰ ਤਾਜ਼ਾ ਰੱਖਦੇ ਹਾਂ। ਸੋ ਇਹ ਬੀਬੀ ਗੁੱਡੀ ਸਿੱਧੂ ਨੇ ਬਹੁਤ ਦੇਰ ਪਹਿਲਾਂ ਸ਼ੁਰੂ ਕੀਤੀਆਂ ਸੀ, ਉਹੀ ਪਿਰਤ ਚੱਲੀ ਆਉਂਦੀ ਆ। ਬਹੁਤ ਹੀ ਸੋਹਣੀਆਂ ਇਹ ਲੜਕੀਆਂ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਨੇ, ਪੁਰਾਣੇ ਕਲਚਰ ਨੂੰ ਜਾਗਦਾ ਕਰਦੀਆਂ ਨੇ। ਚੰਗਾ ਲੱਗਦਾ ਸਾਰਾ ਸਾਡੇ ਪੰਜਾਬੀ ਸੱਭਿਆਚਾਰ ਨੂੰ ਦੁਬਾਰਾ ਤੋਂ ਫੇਰ ਦੁਹਰਾਉਂਦੀਆਂ ਨੇ। ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਦੁਹਰਾਉਂਦੀਆਂ ਰਹਿਣ ਅਤੇ ਸਾਡਾ ਸੱਭਿਆਚਾਰ ਦਿਨ ਦੂਣੀ ਰਾਤ ਚੌਗਣੀ ਉਮਤੀ ਕਰਦਾ ਰਹੇ ਹਰ ਸਾਲ। ਇਸ ਸਾਲ ਤਾਂ ਗੁੱਡੀ ਸਿੱਧੂ ਉਹਨਾਂ ਦੇ ਯਾਦ ਵਿੱਚ ਵੀ ਥੋੜ੍ਹਾ ਕੀਤਾ ਹੈ। ਪਿਛਲੇ ਸਾਲ ਕਰੋਨਾ ਦੇ ਕਰਕੇ ਉਹਨਾਂ ਨਹੀਂ ਲਗਾ ਸਕੇ ਸੀ, ਅਤੇ ਇਸ ਸਾਲ ਅਸੀਂ ਫਿਰ ਅੱਗੇ ਵਾਸਤੇ ਵੀ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਯਾਦ ਵੀ ਤਾਜ਼ਾ ਰਹੇ ਅਤੇ ਇਸੇ ਤਰ੍ਹਾਂ ਇਹ ਰੌਣਕ ਮੇਲੇ ਲੱਗਦੇ ਰਹਿਣ। ਔਰ ਵਾਹਿਗੁਰੂ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਕਰੇ। ਹਾਂਜੀ, ਤੁਸੀਂ ਦੇਖਿਆ ਕਿ ਫ੍ਰਿਜਨੋ ਦੇ ਵਿੱਚ ਕਾਰਨੀ ਪਾਰਕ ਦੇ ਵਿੱਚ ਕਿਸ ਤਰ੍ਹਾਂ ਟ੍ਰੈਡੀਸ਼ਨਲ ਢੰਗ ਦੇ ਨਾਲ ਤੀਆਂ ਲੱਗੀਆਂ, ਜਿੱਥੇ ਸਾਡੀਆਂ ਮਾਵਾਂ ਧੀਆਂ ਭੈਣਾਂ ਰਲ ਕੇ ਦੁੱਖ ਸੁੱਖ ਕੀਤਾ। ਅਤੇ ਮੈਂ ਇਹ ਦੇਖ ਰਿਹਾ ਸੀ ਕਿ ਉੱਥੇ ਗੁੱਡੀ ਸਿੱਧੂ ਦੀ ਅਣਹੋਦ ਵੀ ਮਹਿਸੂਸ ਕੀਤੀ, ਕਿਉਂਕਿ ਤੀਆਂ ਦਾ ਮੁੱਢ ਸੀ ਜਦੋਂ ਸ਼ੁਰੂ ਕੀਤੀਆਂ ਸੀ। ਪਰ ਗੁੱਡੀ ਰਾਣੋ, ਰਾਜਪਾਲ ਬਰਾੜ ਅਤੇ ਹੋਰ ਸਹੇਲੀਆਂ ਨੇ ਰਲ ਕੇ ਇਹਨਾਂ ਤੀਆਂ ਨੂੰ ਬੜਾ ਕਾਮਯਾਬ ਬਣਾਇਆ ਅਤੇ ਸਭ ਨੇ ਇੰਜੋਏ ਕੀਤਾ। ਉਮੀਦ ਕਰਦੇ ਇਸੇ ਤਰ੍ਹਾਂ ਰੌਣਕ ਮੇਲੇ ਲੱਗਦੇ ਰਹਿਣ, ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ। ਅਤੇ ਅੱਗੇ ਤੋਂ ਫਿਰ ਇਹੋ ਜਿਹੀ ਕੋਈ ਰਿਪੋਰਟ ਲੈ ਕੇ ਤੁਹਾਡੇ ਸਨਮੁੱਖ ਹੋਵਾਂਗੇ। ਪਰਮਾਤਮਾ ਤੁਹਾਨੂੰ ਸਭ ਨੂੰ ਖੁਸ਼ੀਆਂ ਬਖਸ਼ੇ, ਖੁਸ਼ ਰੱਖੇ। ਅਤੇ ਜ਼ਰੂਰ ਇਹੋ ਜਿਹੀਆਂ ਰਿਪੋਰਟ ਹੋਰ ਦੇਖਣ ਲਈ ਸਾਡੇ ਕੇ ਤਾਲੀਆਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਤੁਹਾਡਾ ਸਾਡਾ ਰੱਬ ਰਾਖਾ ਜੀ, ਸਤਿ ਸ਼੍ਰੀ ਅਕਾਲ।